ਆ ਫਿਰੋਜ਼ਪੁਰ ਕੀ ਹੋਇਆ ਕੱਲ੍ਹ, ਉੱਥੇ ਉਹ ਲੜ ਪਏ। ਫਿਰੋਜ਼ਪੁਰ ਦੇ ਵਿੱਚ ਵੀ ਧਿਰਾਂ ਤਕਰੀਬਨ ਬਰਾਬਰ ਜੇ ਨੇ ਜੀ ਜੀ, ਕਿਤੇ ਆਮ ਆਦਮੀ ਪਾਰਟੀ ਹਾਵੀ ਹੁੰਦੀ ਹੈ ਕਿਸੇ ਇਲਾਕੇ 'ਚ, ਕਿਤੇ ਅਕਾਲੀ ਆ ਗਿਆ, ਕਿਤੇ ਕਾਂਗਰਸੀ, ਮਤਲਬ ਕਿ ਮਿਕਸ ਜਿਹਾ ਕੰਮ। ਮਿਕਸ ਜਿਹਾ ਕੰਮ। ਗੁਰੂ ਹਰ ਸਾਹਿਬ ਤੋਂ ਲੈ ਕੇ ਮਮਦੋਟ ਬਲਾਕ ਤੱਕ ਰੌਲਾ ਪੈਂਦਾ ਰਿਹਾ ਕੱਲ੍ਹ। ਇੱਕ ਇਹਨਾਂ ਦਾ ਭੱਦਰ ਪੁਰਸ਼ ਸੀਗਾ, ਕੋਈ ਸ਼ਾਇਦ ਸਾਬਕਾ ਸਰਪੰਚ ਸੀਗਾ ਜੀ ਜੀ, ਉਹ ਉਹਨੇ ਮਿਰਜ਼ਾਪੁਰ ਵਾਲਾ ਜਿਹੜਾ ਸੀਗਾ ਨਾ, ਜਿਵੇਂ ਉਹਨੇ ਰੱਖੀ ਸੀ ਬਲੈਕ ਸਕੋਰਪੀਓ, ਇੱਦਾਂ ਦੀ ਸਕੋਰਪੀਓ ਸਕੋਰਪੀ ਰੱਖੀ ਜੀ। ਖੰਡਾ ਤ੍ਰਿਪਾਠੀ ਉਹੀ ਸੀਗਾ ਸ਼ਾਇਦ, ਅਤੇ ਉਹ ਉਸ ਤਰ੍ਹਾਂ ਦੀ ਉਹ ਅੱਜ ਕੱਲ੍ਹ ਬਹੁਤ ਇੱਕ ਨਾ ਫੈਸ਼ਨ ਜਿਹਾ ਬਣ ਗਿਆ, ਮਤਲਬ ਕਿ ਮਿਰਜ਼ਾਪੁਰ ਤੋਂ ਬਾਅਦ ਬਲੈਕ ਸਕੋਰਪੀਓ ਅਤੇ ਬਲੈਕ ਕੱਪੜਿਆਂ 'ਚ ਜਾ ਰਹੇ ਖੰਡਾਨਾਥ ਤ੍ਰਿਪਾਠੀ। ਤਾਂ ਗੱਲ ਇਹ ਆ ਕਿ ਉਹ ਉੱਥੇ ਬਣਿਆ ਫਿਰਦਾ ਸੀ ਤ੍ਰਿਪਾਠੀ, ਲੜ ਪਏ ਜੀ। ਅਤੇ ਕਮਾਲ ਦੀ ਗੱਲ ਹੈ ਕਿ ਸੈਕਟਰੀ ਦਾ ਜਿਹੜਾ ਕਾਲਾ ਜਿਹਾ ਝੋਲਾ ਹੁੰਦਾ ਕਾਗਜ਼ਾਂ ਵਾਲਾ, ਉਹ ਹੀ ਖੋ ਕੇ ਅਤੇ ਉੱਥੋਂ ਨੱਸ ਗਿਆ, ਅਤੇ ਉਹ ਨਾਲੇ ਇੱਕ ਅੱਧਾ ਫਾਇਰ ਕਰ ਗਿਆ, ਜਾਂਦਾ ਸ਼ਗਨ ਪਾ ਗਿਆ, ਅਤੇ ਉਹਦਾ ਭਰਾ ਕਹੀ ਜਾਂਦਾ ਉਹ ਵੀਰੇ ਤਾਂ ਸੈਲਫ ਡਿਫੈਂਸ ਹੈ ਸਾਡਾ, ਪੈ ਸਾਨੂੰ ਉਹ ਗਏ। ਕਮਾਲ ਦੀ ਗੱਲ ਵੀ ਸੈਲਫ ਡਿਫੈਂਸ ਦੇ ਵਿੱਚ ਕਾਗਜ਼, ਨਹੀਂ ਨਹੀਂ ਸੈਲਫ ਡਿਫੈਂਸ ਦੇ ਵਿੱਚ ਕਾਗਜ਼ ਖੋਣ ਵਾਲਾ ਚੱਕਰ ਕੀ ਆ? ਸਹੀ ਗੱਲ, ਉਹ ਤਾਂ ਝੋਲਾ ਲੈ ਕੇ ਨੱਸ ਗਿਆ। ਉਹ ਕਹਿੰਦੇ ਨੇ ਆਪੇ ਕਰਾ ਲਾਂਗੇ ਵੋਟਾਂ, ਸਾਨੂੰ ਸੂਚੀਆਂ ਦਿਓ ਤੁਸੀਂ, ਹੈ ਨਾ। ਉਧਰੋਂ ਜੱਗਾ ਜੀ ਉੱਥੇ ਪਿਟਣ ਡਏ ਸਨ ਜਗਰਾਓਂ ਵਾਲੇ ਹਲਕੇ 'ਚ, ਉਹ ਕਹਿੰਦੇ ਕਿ ਨਹਾ ਧੋ ਕੇ ਵਿਚਾਰੇ ਮੀਆਂ ਬੀਬੀ ਗਏ, ਸਰਪੰਚੀ ਦਾ ਇਲੈਕਸ਼ਨ ਲੜਨਾ ਹੈ ਜੀ, ਅਤੇ ਨਾਲ ਬਹੂ ਵੀ ਗਈ ਕਿ ਮੈਂ ਤੈਨੂੰ ਕਵਰ ਕਰਾਂਗੀ, ਉਹ ਕਹਿੰਦੇ ਤੁਹਾਡਾ ਤਾਂ ਨਾ ਵੋਟਰ ਸੂਚੀ 'ਚ ਹੈ ਨੀਗਾ। ਲਓ ਦੱਸੋ, ਮੈਂ ਕੱਲ੍ਹ ਵਾਲੀਬਾਲ ਖੇਡਣ ਗਿਆ ਅਤੇ ਸਾਡੇ ਰਿਸ਼ਤੇਦਾਰ ਵੀ ਆ ਅਤੇ ਦੋਸਤ ਵੀ ਆ, ਸਾਡੇ ਤੋਂ ਵੀ ਗਾਂ ਉਹਨਾਂ ਦੀ ਢਾਣੀ ਹੈ, ਮਤਲਬ ਕਿ ਡੇਰਾ ਕਹਿ ਲਓ, ਸਾਡੇ ਤੋਂ ਵੀ ਗਾਂ, ਅਤੇ ਪਿੰਡ ਤੋਂ ਲਗਭਗ ਕਿਲੋਮੀਟਰ ਅਸੀਂ ਹਾਂ, ਸਾਡੇ ਤੋਂ ਵੀ ਅੱਧਾ ਪੌਣਾ ਕਿਲੋਮੀਟਰ, ਕਿਲੋਮੀਟਰ ਉਹ ਗਾਂ ਨੇ 2 ਕਿਲੋਮੀਟਰ ਜੀ ਜੀ। ਉਹਨਾਂ ਦੋ ਭਰਾਵਾਂ ਦੀਆਂ ਕੋਠੀਆਂ ਬਿਲਕੁਲ ਨਾਲ ਨੇ, ਇੱਕੋ ਘਰ 'ਚ ਹੀ ਨੇ ਜੀ ਜੀ, ਇੱਕ ਭਰਾ ਦੀਆਂ ਵੋਟਾਂ ਚੱਕ ਕੇ ਪਿੰਡ ਦੇ ਵਾਰਡ 'ਚ ਪਾ ਦਿੱਤੀਆਂ। ਆ ਵੇਖ ਲਓ ਕੀ ਟੈਸ਼ਨ ਚੱਲਣ ਡਿਆ ਨੇ। ਜਿਵੇਂ ਤੁਸੀਂ ਕੱਲ੍ਹ ਵੀ ਦੱਸ ਰਹੇ ਸੀ ਵੀ ਜਿੱਥੇ ਮੰਨ ਲਓ ਵੀ ਐਸ ਸੀ ਵਾਲੇ ਕੋਟੇ ਦਾ ਇੱਕ ਇੱਕ ਘਰ ਹੈ, ਉੱਥੇ ਮਿਸਾਲ ਦੇ ਕੇ ਤੁਹਾਨੂੰ ਕਿਹਾ ਸਰ ਜੀ। ਅੱਛਾ, ਤਰਨ ਤਾਰਨ ਦੇ ਵਿੱਚ ਵੀ ਇਹੋ ਰੌਲਾ, ਫਿਰੋਜ਼ਪੁਰ 'ਚ ਵੀ ਇਹੋ ਰੌਲਾ, ਗੁਰਦਾਸਪੁਰ ਤੱਕ ਇਹੋ ਰੌਲਾ, ਸੁੱਖੀ ਰੌਲਾ ਪਾਉਣ ਡਿਆ ਸੀ ਉੱਥੇ ਰੰਧਾਵਾ ਸਾਹਿਬ ਜੀ ਜੀ, ਉਹ ਤੁਹਾਨੂੰ ਪਤਾ ਉਹ ਬੋਲਦੇ ਬੜਾ ਮਿੱਠਾ, ਡੀ ਸੀ ਸਾਹਿਬ ਕਿਹੜੇ ਯਾਰ ਤੋਂ ਜਲੇਬੀਆਂ ਖਾਂਦੀ ਅਤੇ ਹੁਣ ਬੜਾ ਮਿੱਠਾ ਬੋਲਦੀ, ਮਿੱਠਾ ਬੋਲਦੀ। ਤੇ ਗੱਲ ਇਹ ਆ ਕਿ ਉਹ ਮਿੱਠਾ ਇੰਨਾ ਬੋਲਦੇ ਕਿ ਉਹਨਾਂ ਦਾ ਮਿੱਠਾ ਬੋਲਿਆ ਚਿੱਠਾ ਬਣ ਜਾਂਦਾ, ਚਿੱਠਾ ਬਣ, ਉਹ ਡੀ ਸੀ ਦੇ ਨਾਲ ਪੰਜਾਬ ਪਾ ਕੇ ਉੱਥੇ ਬੈਠੇ ਨੇ। ਤਾਂ ਗੱਲ ਇਹ ਨੌਬਤ ਕਿਉਂ ਆ ਰਹੀ? ਅੱਛਾ, ਭਨੇੜੀ, ਭਨੇੜੀ ਉਹ ਹਰਮੀਤ ਸਿੰਘ ਪਠਾਨ ਮਾਜਰੇ ਦਾ ਇਲਾਕਾ ਉਹ ਜੀ, ਮੇਰਾ ਨਾਨਕਾ ਇਲਾਕਾ ਉਹ, ਉੱਥੇ ਆ, ਉੱਥੋਂ ਆ ਵੀਡੀਓ ਵਾਇਰਲ ਹੋ ਰਹੀ ਆ ਬਿਲਕੁਲ, ਉਹਦੇ 'ਚ ਉਹ ਜਿਹੜਾ ਪਤਾ ਨਹੀਂ ਅਫਸਰ ਕਿਹੜਾ, ਉਹ BDPO ਕਿ ਕੌਣ ਆ, ਉਹ ਸਿੱਧਾ ਬਾਹਾਂ ਟੰਗ ਕੇ ਸੰਨੀ ਦਿਓਲ ਵਾਂਗੂ ਕਹਿੰਦਾ ਤੂੰ ਆ ਜਾ, ਲੋਕ ਤੇ ਸਰ ਪਜ਼ਲ ਹੋਏ ਪਏ ਨੇ ਕਈ ਥਾਈ ਤੇ। ਉਹ ਕਹਿੰਦੇ ਆ ਕਿ ਸੈਕਟਰੀ ਸੁਕਟਰੀ ਜਿਹੜੇ ਆ ਉਹ ਮਿਸਟਰ ਇੰਡੀਆ ਬਣ ਗਏ ਨੇ, ਹੁਣ ਤੁਸੀਂ ਆਖੋ ਕਿ ਮਿਸਟਰ ਇੰਡੀਆ ਕਿਉਂ ਚੈਂਪੀਅਨ ਬਣ ਗਏ ਨੇ? ਨਹੀਂ, ਉਹ ਮਿਸਟਰ ਇੰਡੀਆ ਕੋ ਗਾਇਬ ਹੀ ਹੋ ਗਏ ਨੇ, ਉਹਨਾਂ ਨੂੰ ਕਿਹਾ ਕਿ ਤੁਸੀਂ ਭੂਆ ਕੋਲ ਜਾਓ, ਫੁੱਫੀ ਕੋਲ ਜਾਓ, ਜਿੱਥੇ ਜਾਣਾ ਚਲੇ ਜਾਓ, ਇੱਥੇ ਨਾ ਦਿਸੋ ਕਿ ਕਿਸੇ ਨੂੰ ਕੋਈ ਕਾਗਜ਼ ਨਾ ਦੇਣੇ ਪੈ ਜਾਣ ਜੀ ਜੀ ਜੀ। ਇਹੋ ਜਿਹੇ ਹਾਲਾਤ ਬਣ ਗਏ ਨੇ ਸਾਹਿਬ, ਗੋਲੀਆਂ ਚੱਲ ਰਹੀਆਂ ਨੇ, ਮੁੰਡੀ ਜਮਾਲ ਗੋਲੀ ਚੱਲੀ, ਫਿਰ ਉਸ ਤੋਂ ਬਾਅਦ ਅੱਜ ਜੀਰੇ ਚੱਲ ਗਏ ਜੀ ਜੀ, ਆ ਆਪਾਂ ਫਿਰੋਜ਼ਪੁਰ ਦਾ ਜ਼ਿਕਰ ਕਰ ਲਿਆ, ਇੱਕ ਸਮਾਣੇ ਇਹਨਾਂ ਨੂੰ ਕੋਈ ਹੋਰ ਨਹੀਂ ਟੱਕਰੇ, ਆਪਸ 'ਚ ਹੀ ਟੱਕਰ ਗਏ, ਆਪ ਵਾਲਿਆਂ ਨੇ ਆਪ ਵਾਲਿਆ ਕੁੱਟਤਾ ਉੱਥੇ ਇੱਕ। ਲਓ ਦੱਸੋ, ਉਹ ਕਹਿੰਦੇ ਵੀ ਹੁਣ ਕੋਈ ਨਾ ਕੋਈ ਤਾਂ ਆਪਾਂ ਕਰਾਂਗੇ ਕੁਛ ਨਾ ਕੁਛ, ਤਾਂ ਐਂ ਖਾਲੀ ਹੱਥੀ ਥੋੜ੍ਹੀ ਆਪਾਂ ਇਹ ਮੁੜਨਾ, ਆਪਸ 'ਚ ਹੀ ਲੜ ਪੈਂਦੇ। ਮਤਲਬ ਕਿ ਆਹ ਸੂਰਤ ਹਾਲ ਹੈ ਇਸ ਵੇਲੇ ਸਰ, ਕਿ ਉਹ ਬੋਲੀ ਬਾਲੀ ਤੇ ਕਿਸੇ ਪਾਸੇ ਗਈ, ਹੁਣ ਬੋਲੀ ਨਹੀਂ ਹੁਣ ਗੋਲੀ ਚੱਲ ਰਹੀ ਹੈ ਪੰਜਾਬ 'ਚ, ਬਿਲਕੁਲ।
ਬੋਲੀ ਤੋਂ ਗਾਂਹ ਕੰਮ ਚਲੇ ਗਿਆ, ਹੁਣ ਬੋਲੀ ਨਹੀਂ ਹੁਣ ਠਾਹ ਠਾਹ ਹੋ ਰਹੀ ਆ ਸਰ। ਤੋ ਇਸ ਕਰਕੇ ਇਹ ਸਾਡਾ ਕਹਿ ਲਓ ਕਿ ਪੰਜਾਬੀਆਂ ਦਾ ਇੱਕ ਬੇਸ਼ਰਮੀ ਵਾਲਾ, ਇੱਕ ਦੁਖਾਂਤਕ, ਅਤੇ ਮੈਂ ਕਹੂੰਗਾ ਕਿ ਦਰਜਾਹੀਨ, ਕੋਈ ਦਰਜਾ ਨਹੀਂ ਹੈ ਸਾਡਾ, ਇਹ ਇੱਕ ਦੁਖਾਂਤ ਬਣ ਗਿਆ ਹੈ ਸਾਹਿਬ, ਕਿ ਸਾਡਾ ਇਹ ਦਸਤੂਰ ਬਣ ਗਿਆ ਕਿ ਅਸੀਂ ਇਹਨਾਂ ਚੋਣਾਂ 'ਚ ਰੱਜ ਕੇ ਆਪਣਾ ਜਲੂਸ ਕੱਢਣਾ ਹੁੰਦਾ ਹੈ, ਬਿਲਕੁਲ ਸਿਰ ਪਾੜਦੇ ਹੁੰਦੇ ਆ, ਦੁਸ਼ਮਣੀਆਂ ਮੁੱਲ ਲੈਣੀਆਂ ਹੁੰਦੀਆਂ, ਕਾਹਦੇ ਵਾਸਤੇ ਮੇਰੇ ਨਾਂ ਨਾਲ ਲੱਗ ਜਾਏ ਸਰਪੰਚ। ਅੱਜ ਸਾਡੇ ਵਾਰਡ ਦੇ ਵਿੱਚ ਨਾ, ਸਾਡਾ ਵਾਰਡ ਢਾਣੀਆਂ ਦਾ, ਮੈਂ ਆਪਣੀ ਗੱਲ ਤੁਹਾਨੂੰ ਦੱਸਦਾ ਜੀ, ਅਤੇ ਅਸੀਂ ਬੜਾ ਸਿੰਪਲ ਤਰੀਕਾ ਜਿਹਾ ਰੱਖਿਆ ਕਿ ਜਿਹੜੇ ਦਾਅਵੇਦਾਰ ਆਓ ਗੁਰੂ ਘਰ ਬੈਠੇ, ਜਿੰਨੇ ਹੈਗੇ ਪਰਚੀਆਂ ਪਾ ਲਓ, ਜਵਾਕ ਤੋਂ ਚੁਕਾ ਲਓ ਯਾਰ, ਜਿਹੜਾ ਬਣ ਗਿਆ ਮੈਂ ਕਾਹਤੋਂ ਕਰਨਾ, ਚਲੋ। ਉਹ ਮੈਨੂੰ ਕਹਿੰਦੇ ਕਿਤੇ ਤੂੰ ਤੂੰ, ਮੈਂ ਕਿਹਾ ਮੈਂ ਤੇ ਦੂਰੋਂ ਹੱਥ ਜੋੜ ਕੇ, ਮੈਂ ਕਿਹਾ ਨਾ ਸਾਹਿਬ ਮੈਂ ਨਹੀਂ ਬਣਨਾ ਜੀ, ਨਾ ਮੈਂ ਪੰਚ ਬਣਾ ਨਾ ਮੈਂ ਸਰਪੰਚ ਬਣਾ, ਠੀਕ ਹੈ ਨਾ ਜੀ, ਕੀ ਕੀ ਆ, ਜੇ ਕੁਛ ਕਰਨਾ ਤਾਂ ਉੱਦਾਂ ਹੀ ਕਰ ਦੇਵਾਂਗੇ, ਇੱਥੇ ਤੁਸੀਂ ਮੇਰੇ ਘਰੇ ਆਓ, ਮੈਂ ਆ ਜਾਂਦਾ, ਉਹ ਕਹਿਣ ਜੀ ਉਹ ਤੇ ਸੁਖਮ ਸਾਹਿਬ ਨਾਲ ਸ਼ੋਅ ਕਰਨ ਗਿਆ, ਤਾਂ ਤੁਸੀਂ ਤੁਸੀਂ ਗਾਲਾਂ ਕੱਢੋਗੇ ਮੈਨੂੰ, ਮਣ ਮਣ ਪੱਕੀਆਂ, ਬਿਲਕੁਲ ਬਿਲਕੁਲ। ਮੈਂ ਕਿਹਾ ਜੀ ਨਹੀਂ ਸਾਹਿਬ, ਜਿਹੜੀ ਚੀਜ਼ ਵਾਸਤੇ ਡੈਡੀਕੇਸ਼ਨ ਨਹੀਂ, ਟਾਈਮ ਨਹੀਂ ਹੈਗਾ, ਉਹਨੂੰ ਹੱਥ ਨਾ ਪਾਓ, ਬਿਲਕੁਲ। ਆਹ ਕੀ ਆ, ਪੰਚੀ ਸਰਪੰਚੀ ਦੀ ਪੂਛ ਸਾਡੇ ਮਗਰ ਲੱਗ ਜਾਏ, ਭਾਵੇਂ 70,000 ਦੇ ਖੀਰੇ ਹੀ ਖਾ ਜਾਣ ਲੋਕੀ, ਭਾਵੇਂ ਮਤਲਬ ਕਿ ਆ ਠੰਡੇ ਕੋਲਡ ਡਰਿੰਕ ਹੀ ਪੀ ਜਾਣ, ਭਾਵੇਂ ਹਜ਼ਾਰਾਂ ਲੱਖਾਂ ਦੇ, ਬਸ ਸਰਪੰਚ ਹੀ ਸਾਡੇ ਕਰਿਆ ਜੇ, ਪਤਾ ਨਹੀਂ ਇਹਦੇ 'ਚ ਕੀ ਹੈ ਸਭ, ਚੌਧਰ ਦੀ ਭੁੱਖ ਐਡੀ ਐਡੀ ਭੁੱਖ ਆ ਕਿ ਹੁਣ ਤੁਸੀਂ ਵੇਖ ਲਓ ਕਿ ਗੋਲੀਆਂ ਚੱਲਣੀਆਂ ਸਟਾਰਟ ਹੋ ਗਈਆਂ ਜੀ ਜੀ ਜੀ, ਵੋਟਾਂ ਤੱਕ ਅੱਧੀ ਦਰਜਨ ਦੇ ਕਰੀਬ ਫੁੜਕ ਜਾਣੇ ਜੇ, ਫੁੜਕ ਜਾਣੇ, ਇਹ ਮੇਰਾ ਤਜਰਬਾ ਹੈ। ਗੋਲੀਆਂ ਚੱਲ ਰਹੀਆਂ, ਕਿਸੇ ਨੂੰ ਵੱਜ ਵੀ ਸਕਦੀਆਂ ਸੀ, ਜਿਹੜੀ ਕੱਲ ਵਾਲੀ ਉਹਨੇ ਚਲਾਈ, ਤੇ ਗੋਲੀਆਂ ਭਾਵੇਂ ਕਿਸੇ ਦੇ ਨਾਂ ਵੀ ਵੱਜਣ, ਨਾ ਵੀ ਵੱਜਣ ਸਾਹਿਬ, ਸੰਦੀਲੇ ਨੇ ਆਖਿਆ ਸੀ ਗੋਲੀਆਂ ਸੀ ਦੋ ਚੱਲੀਆਂ, ਸਾਰੀ ਉਮਰ ਕਚਹਿਰੀਆਂ 'ਚ ਲੰਘ ਗਈ ਵੀ ਗੋਲੀਆਂ ਸੀ ਦੋ ਚੱਲੀਆਂ, ਗੋਲੀ ਉਦਾਂ ਹੀ ਚੱਲ ਜਾਵੇ, ਸੁੱਕੀ ਚੱਲ ਜਾਵੇ, ਤੇ ਤਾਂ ਵੀ ਇਰਾਦਾ ਕਤਲ ਲੱਗ ਜਾਂਦਾ ਹੈ ਜੀ, ਸਮਝਦੇ ਹੋ ਨਾ, ਬਿਲਕੁਲ ਬਿਲਕੁਲ। ਮੁੜ ਕੇ ਭੁਗਤੀ ਜਾਓ ਤਰੀਕਾ, ਜਦੋਂ ਫਿਰ ਬੱਸ ਚੜ੍ਹਨੀ ਹੁੰਦੀ ਆ, ਬੇਬੇ ਕਿਸੇ ਤੋਂ ਫੜ ਕੇ ਹੀ ਲਿਆ ਦੇ, ਮੈਂ ਤੇ ਤਰੀਕ 'ਤੇ ਚੱਲਿਆ, ਘਰੇ ਪੈਸੇ ਵੀ ਨਹੀਂ ਹੁੰਦੇ ਕਈ ਵਾਰੀ, ਹੈਂ ਉਹ ਦਨਾਲੀ ਜੀ ਜਿਹੜੀ ਹੁੰਦੀ ਉਹਨੂੰ ਜੰਗਾਲ ਖਾ ਜਾਂਦਾ ਉੱਥੇ ਮਾਲਖਾਨੇ 'ਚ, ਬਿਲਕੁਲ। ਸ਼ਰਮ ਕਰੋ ਯਾਰ, ਕਿਹੜੀਆਂ ਪੱਗਾਂ ਨੂੰ ਪਏ ਜੇ ਤੁਸੀਂ, ਕਿਹੜੀਆਂ ਚੌਧਰਾਂ ਨੂੰ ਪਏ ਜੇ ਤੁਸੀਂ, ਕੋਈ ਕਹਿੰਦਾ 2 ਕਰੋੜ ਦੇ ਲਓ, ਉਹ ਆਤਮਾ ਦੀ ਆਤਮਾ ਵੀ ਜਾਗ ਪਈ, ਕਹਿੰਦਾ ਭਰਾਵੋ ਖੜਾ ਛੱਡੋ ਮੇਰਾ, ਉਹਨੂੰ ਪਤਾ ਈਡੀ ਆ ਜਾਣੀ ਆ, ਹੋ ਸਕਦਾ ਇਨਕਮ ਟੈਕਸ ਹੁਣ ਆ ਗਿਆ ਉਧਰੋਂ, ਕਹਿੰਦੇ ਵੀ ਇਹਨੂੰ ਪਤਾ ਕਰੋ ਕਿੱਥੋਂ ਲਿਆਂਦੇ ਪੈਸੇ, ਹੱਦ ਹੋ ਗਈ ਆ, ਪਤਾ ਤੇ ਕਰਵਾਉਣਗੇ ਅਗਲੇ ਇਨਕਮ ਟੈਕਸ ਵਾਲੇ, ਪੁੱਛਣਗੇ ਕਿੱਥੋਂ ਲਿਆ ਆਤਮਾ ਸਿਆ, ਕਿੱਥੋਂ ਲਿਆਂਦੇ ਪੈਸੇ ਇਹਨੇ, ਹਾਲਾਂਕਿ ਉਹ ਭੱਜ ਭੱਜ ਪਹਿਲਾਂ ਹੀ ਚਲਾ ਗਿਆ, ਉਹਨੂੰ ਸ਼ਾਇਦ ਪਹਿਲਾਂ ਪਤਾ ਹੋਵੇ ਕਿ ਉਹ ਇੱਥੇ ਇਨਕਮ ਟੈਕਸ ਦੀ ਮਨਾਹੀ ਆ ਜੀ, ਉਹ ਜਿਵੇਂ ਆਪਾਂ ਲੈਂਦੇ ਨਾ ਅੰਦਰ ਆਉਣਾ ਮਨਾ ਹੈ, ਅੰਦਰ ਕੁੱਤੇ ਹਨ, ਮਤਲਬ ਕਿ ਉਹ ਜੋਨ ਹੀ ਬਣਾ ਦਿੱਤੀ ਜਾਂਦੀ ਵੀ ਅੰਦਰ ਖਤਰਨਾਕ ਕੁੱਤੇ ਆ, ਅੰਦਰ ਆਉਣਾ ਬੈਲ ਤੋਂ ਬਗੈਰ ਆਉਣਾ ਮਨਾ ਹੈ, ਤੇ ਇੱਥੇ ਇਸ ਤਰ੍ਹਾਂ ਦਾ ਇੱਕ ਜੋਨ ਹੈ ਸਾਹਿਬ ਕਿ ਜਿਹੜਾ ਇਹਨਾਂ 'ਚ ਵੜ ਗਿਆ, ਆਰ ਐਸ ਐਸ 'ਚ ਵੜ ਗਿਆ, ਭਾਜਪਾ 'ਚ, ਉੱਥੇ ਉਹ ਜਿਹੜਾ ਨਾ ਇਸ਼ਕ ਦੀ ਗਲੀ ਵਿੱਚ ਨੋ ਐਂਟਰੀ ਜੀ, ਫਿਰ ਉਸ ਗਲੀ ਵਿੱਚ ਨੋ ਐਂਟਰੀ, ਐਕਸ ਲੈਣ ਵਾਲਿਆਂ ਦੀ ਨੋ ਐਂਟਰੀ, ਹਾਂ ਉਹੀ ਆ, ਆਤਮਾ ਦੀ ਆਤਮਾ ਵੈਸੇ ਜ਼ਰੂਰ ਜਾਗੀ, ਉਹਨੇ ਆਖਿਆ ਖੜਾ ਛੱਡੋ ਵੀਰੇ ਮੇਰਾ, ਅਤੇ ਰੱਬ ਦਾ ਵਾਸਤਾ ਮੈਂ ਤੇ ਚੋਣ ਲੜਾਂਗਾ, ਨਾਮਜ਼ਦਗੀ ਮੈਂ ਭਰ ਦਿੱਤੀ ਆ, ਤਾਂ ਆ ਇਸ ਵੇਲੇ ਹਾਲ ਆ, ਬੋਲੀ ਤੋਂ ਗੱਲ ਚੱਲਦੀ ਚੱਲਦੀ ਗੋਲੀ ਤੱਕ ਆ ਗਈ ਆ, ਤੇ ਅੱਗੇ ਵੀ ਅਸੀਂ ਮੋਟੇ ਤੌਰ ਤੇ ਲਾਉਣੇ ਨੇ, 2-4 ਕਤਲ ਹੋ ਜਾਂਦੇ ਆ, ਹੋ ਜਾਂਦੇ ਆ ਜੀ, ਬਿਲਕੁਲ। ਚਲੋ ਉਹ ਕਹਿੰਦੇ ਕਿ ਜ਼ਬਾਨ ਜਿਹੜੀ ਆ ਸੱਚੀ ਨਾ ਹੋਵੇ, ਪਰ ਕੋਈ ਕਸਰ ਨਹੀਂ ਛੱਡ ਰਹੇ ਸਾਹਿਬ, ਕੋਈ ਕਸਰ ਨਹੀਂ ਛੱਡ, ਡੰਡੇ ਚੁੱਕ ਚੁੱਕ ਕੇ ਇੱਕ ਦੂਜੇ ਦੇ ਮਗਰ ਲੱਗੇ, ਪਤਾ ਨਹੀਂ ਵੈਸੇ ਆ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਭਾਈਚਾਰਕ ਸਾਂਝ ਮਜ਼ਬੂਤ ਕਰਨੀ ਆ ਜੀ, ਅਮੈਂਡਮੈਂਟ ਕਰ ਦਿੱਤੀ, ਇਹ ਆਪ ਹੀ ਸ਼ਿਕਾਇਤਾਂ ਲੈ ਕੇ ਤੁਰੇ ਫਿਰਦੇ ਆ, ਕਰ ਲਓ ਗੱਲ,
ਜੀ ਜੀ ਜਿਨ੍ਹਾਂ ਨੇ ਸੰਭਾਲਣਾ ਸੀ ਉਹ ਆਪ ਸ਼ਿਕਾਇਤਾਂ ਸ਼ਿਕੂਤਾਂ ਟਾਈਮ ਪਾਸ ਕਰੀ ਜਾਂਦੇ ਤਾਂ ਕਾਫੀ ਸਾਰੇ ਕਮੈਂਟ ਆ ਗਏ ਮਿੰਟੂ ਜੀ। ਇੱਕ ਦੋਸਤ ਕਹਿ ਰਹੇ ਨੇ ਕਿ ਰੰਧਾਵਾ ਸਾਹਿਬ ਅੱਜ ਕਿਵੇਂ ਬੋਲ ਰਹੇ ਸੀ ਡੀਸੀ ਸਾਹਿਬ ਨੂੰ, ਕੁਲਵੀਰ ਜ਼ੀਰਾ ਡਰਾਮੇ ਕਰ ਰਿਹਾ ਕਹਿੰਦੇ ਅਸੀਂ ਆਪ ਉੱਥੇ ਸੀਗੇ ਉਹ ਤਾਂ ਆਪ ਲੋਕਾਂ ਨੂੰ ਅੱਗੇ ਕਰ ਕਰਕੇ ਮਰਵਾਈ ਜਾਂਦਾ ਹੈ। ਸੰਦੀਪ ਜੀ ਅਸੀਂ ਕਿਸੇ ਨੂੰ ਕਹਿ ਹੀ ਨਹੀਂ ਰਹੇ ਸਾਹਿਬ ਜੀ, ਅਸੀਂ ਜਿਸ ਬੰਦੇ ਦੀ ਇਸ ਤਰ੍ਹਾਂ ਦੀ ਪ੍ਰਵਿਰਤੀ ਅਸੀਂ ਉਹਦੇ 'ਤੇ ਹੀ ਸਵਾਲ ਚੁੱਕ ਰਹੇ ਹਾਂ। ਮੈਂ ਕਦੋਂ ਕਿਹਾ ਕਿ ਕੁਲਵੀਰ ਸਿੰਘ ਜ਼ੀਰਾ 'ਤੇ ਬੜਾ ਭਗਤ ਆਦਮੀ ਹੈ? ਮੈਂ ਤਾਂ ਕਹਿ ਕੇ ਹਟਿਆ ਕਿ ਹਰੇਕ ਤਰ੍ਹਾਂ ਦੇ ਸਟ੍ਰੋਕ ਖੇਡਦਾ ਰਿਹਾ ਅਤੇ ਸਭ ਨੂੰ ਪਤਾ ਹੈ। ਜੀ ਜੀ ਇਹਦੇ ਨਾਲ ਦੇ ਬੰਦੇ ਤਾਂ ਹੁਣ ਕਟਾਰੀਏ ਨਾਲ ਤੁਰੇ ਫਿਰਦੇ ਆ, ਮਾਫ ਕਰਨਾ ਮੇਰਾ ਮੂੰਹ ਨਾ ਖਲਵਾਓ, ਉਹ ਜੇ ਤੁਸੀਂ ਜੀ ਰਹੇ ਹੋ ਤਾਂ ਦੱਸੋ ਤੁਸੀਂ ਕਿ ਉਹੀ ਬੰਦੇ ਜਿਹੜੇ ਆ ਉਹ ਕਿਹਦੇ ਵੱਲੋਂ ਖੇਡਣ ਡਏ ਨੇ, ਅੱਧੇ ਇੱਧਰ ਆ ਅੱਧੇ ਉੱਧਰ ਆ ਸਰ। ਬਿਲਕੁਲ ਉਹ ਰਲੇ ਮਿਲਿਆ ਵਿੱਚ ਇੱਕ ਬਿਆਨ ਵੀ ਮੈਂ ਸਭ ਰਲੇ ਕਬੂਤਰ ਚਿੱਟੇ ਤੇ ਗੋਲੇ ਹੋਏ, ਬਸ ਆਹ ਹਾਲ ਬਣਿਆ ਪਿਆ ਜਿੱਥੇ ਕਿਸੇ ਦਾ ਜ਼ੋਰ ਆ ਕਿਸੇ ਦਾ ਫੋ ਆ ਸਰ ਉਸ ਹਿਸਾਬ ਨਾਲ ਹੀ ਚੱਲ ਰਿਹਾ ਉਹ। ਅਸੀਂ ਤਾਂ ਕਹਿ ਰਹੇ ਹਾਂ ਕਿ ਤਮਾਸ਼ਾ ਵਿਖਾ ਰਹੇ ਹੋ ਤੁਸੀਂ ਲੋਕਾਂ ਨੂੰ। ਅੱਜ ਤੇ ਹੋਰ ਵੀ ਪੰਚਾਇਤਾਂ ਦੇ ਇਲੈਕਸ਼ਨ ਹੁੰਦੇ ਯਾਰ ਸਟੇਟਾਂ 'ਚ, ਆਪਾਂ ਪਹਾੜਾਂ 'ਤੇ ਇਲੈਕਸ਼ਨ ਹੁੰਦੇ ਆ ਜਦੋਂ ਹਿਮਾਚਲ 'ਚ ਉਹ ਨੱਚਦੇ ਆ ਗਾਉਂਦੇ ਆ ਮਸਤੀ ਮਾਰਦੇ ਆ, ਅਤੇ ਜਦੋਂ ਪਹਾੜਾਂ ਤੋਂ ਥੱਲੇ ਇਲੈਕਸ਼ਨ ਹੁੰਦਾ ਬੋਲੋ ਬੋਲ ਸ਼ਰਾਬ ਪੀ ਲੈਂਦੇ ਆ ਰਾਤ ਨੂੰ, ਇੱਕ ਦੂਜੇ 'ਤੇ ਦਾਲ ਹੀ ਡੋਲੀ ਜਾਂਦੇ ਆ, ਉਹ ਸਰਪੰਚਾਂ ਡਾ ਦਿਆਂਗੇ, ਧੂੜਾਂ ਚੱਕ ਦਿਆਂਗੇ, ਚੌਂਟਾ ਨੱਪ ਦਿਆਂਗੇ, ਖੁੱਲੀ ਖੁਸ਼ੀ 'ਚ ਦਾਲਾਂ ਹੀ ਡੋਲੀ ਜਾਂਦੇ ਨੇ, ਉਹ ਕਈ ਤਾਂ ਪੀ ਪੀ ਕੇ ਵੀ ਮਰ ਜਾਂਦੇ ਆ ਜੀ ਗੋਲੀਆਂ ਨਾਲ, ਉਹ ਗਰਮੀ ਗੁਰਮੀ 'ਚ ਜ਼ਿਆਦਾ ਮਰਦੇ ਆ। ਇਲੈਕਸ਼ਨ ਵੀ ਇਹਨਾਂ ਨੇ ਸਰਕਾਰ ਨੇ ਪੱਟ ਹੋਣੀ ਨੇ, ਇਲੈਕਸ਼ਨ ਵੀ ਸਰਦੀਆਂ 'ਚ ਕਰ ਦਿੱਤਾ, ਆਹ ਤਾਂ ਕਹਿੰਦੇ ਉਹ ਠੰਡੀ ਮਿੱਠੀ ਰੋਤਿਆ ਨਜ਼ਾਰਾ ਆਉਂਦਾ। ਬਿਲਕੁਲ ਨਵਜੋਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਕਹਿ ਰਹੇ ਕਿ ਮਿੰਟੂ ਜੀ ਸੀ ਬੀ ਐਨ ਨਾਇਡੂ ਬਾਰੇ ਦੱਸਿਓ ਕੁਛ, ਕਿਹੜਾ ਜੀ ਸੀ ਬੀ ਐਨ ਨਾਇਡੂ ਬਾਰੇ ਪੁੱਛ ਰਹੇ ਨੇ, ਸੀ ਬੀ ਐਨ ਨਾਇਡੂ ਜੀ। ਤੇ ਇੱਧਰ ਗ੍ਰੈਫਿਕ ਕਹਿ ਰਹੇ ਨੇ ਕਿ ਸਭ ਸਰਬਸੰਮਤੀ ਦੇ ਵਿੱਚ ਕਹਿੰਦੇ ਸਰਪੰਚ ਜਿਹੜੇ ਚੁਣੇ ਜਾ ਰਹੇ ਆ ਉਹ ਕਹਿੰਦੇ ਆਪਦੇ ਹੀ ਕਿਉਂ ਚੁਣੇ ਜਾ ਰਹੇ ਆ, ਇਹ ਹੁਣ ਤੁਹਾਨੂੰ ਹੌਲੀ ਹੌਲੀ ਗੱਲਾਂ ਸਮਝ ਆ ਰਹੀਆਂ ਨੇ? ਨਹੀਂ ਦੇਖੋ ਜਿੱਥੇ ਗੱਲ ਇਹ ਆ ਕਿ ਜਿੱਥੇ ਕੋਈ ਮੈਂ ਗੱਲ ਸੁਣੋ ਜੀ, ਜਿੱਥੇ ਸਰ ਕੋਈ ਬਿਨਾਂ ਜ਼ੋਰ ਜਾਂ ਬਿਨਾਂ ਧੱਕੇ ਤੋਂ ਕੋਈ ਪਿੰਡ ਸਰਬਸੰਮਤੀ ਨਾਲ ਚੁਣ ਰਿਹਾ, ਹੁਣ ਆਪਾਂ ਪਿੰਡ ਨੂੰ ਮਾੜਾ ਕਹਿ ਦਈਏ, ਬਿਲਕੁਲ ਸ਼ਾਇਦ ਉਹਨਾਂ ਨੂੰ ਉਹਨਾਂ 'ਚ ਕਾਬਲੀਅਤ ਨਜ਼ਰ ਆਉਂਦੀ ਹੋਏਗੀ, ਜਾਂ ਇਹ ਵੀ ਹੁੰਦਾ ਕਿ ਯਾਰ ਇਹ ਬੰਦਾ ਸਰਕਾਰ ਦਾ ਬੰਦਾ ਕੋਈ ਚਾਰ ਛਿੱਲੜ ਲੈ ਆਏਗਾ। ਬਿਲਕੁਲ ਇਹ ਵੀ ਹੋ ਸਕਦਾ, ਇਹ ਵੀ ਤਾਂ ਹੁੰਦਾ ਹੀ ਆ ਨਾ, ਇਹ ਵੀ ਹੋ ਸਕਦੀ ਗਾ, ਬਿਲਕੁਲ ਇਹ ਵੀ ਹੁੰਦਾ ਹੀ ਆ। ਜੀ 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 ਗੁਰਮੀਤ ਜੀ ਕਹਿ ਰਹੇ ਨੇ ਕਿ ਪੋਰਟ ਬਲੇਅਰ ਅੰਡੇਮਾਨ ਨਿਕੋਬਾਰ ਤੋਂ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਡਿਊਟੀ ਫੌਜੀ ਆ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਇਹ ਤਾਂ ਫਿਰ ਨੇਵੀ ਨੂੰ ਵੀ ਚੀ ਹੋਣੇ ਆ ਜੀ ਜੀ ਜੀ, ਇਹਨਾਂ ਨੇ ਦੱਸਿਆ ਕਿ ਫੌਜ ਦੀ ਡਿਊਟੀ 'ਤੇ ਮੈਂ। ਇੱਧਰ ਕਹਿ ਰਹੇ ਨੇ ਕਿ ਪੰਚਾਇਤੀ ਚੋਣਾਂ ਪੋਸਟ ਪਾਉਣ ਹੋਣੀਆਂ, ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ, ਇਹਦੇ ਬਾਰੇ ਆਪਾਂ ਕੱਲ੍ਹ ਗੱਲ ਕੀਤੀ ਸੀ ਸਰ। ਉਹ ਪਟੀਸ਼ਨ ਤੇ ਰੱਦ ਹੋ ਗਈ ਆ, 3-4 ਪਟੀਸ਼ਨਾਂ ਹੋਰ ਚਲੇ ਗਈਆਂ ਨੇ ਹੁਣ, ਤੇ ਉਹ ਪਟੀਸ਼ਨਾਂ ਸ਼ਾਇਦ ਰਿਜ਼ਰਵੇਸ਼ਨ ਨੂੰ ਚੈਲੰਜ ਆ ਕਿ ਜਿਸ ਦਿਨ ਇਹਨਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਉਦੋਂ ਤੱਕ ਰਿਜ਼ਰਵੇਸ਼ਨ ਗਜਟ ਰਿਲੀਜ਼ ਨਹੀਂ ਸੀ ਕੀਤਾ ਗਿਆ ਜੀ, ਤਾਂ ਹੋ ਸਕਦਾ ਕਿ ਉੱਥੇ ਸਰਕਾਰ ਫਸ ਜਾਵੇ। ਹਾਂ ਸ਼ਡਿਊਲ ਵਗੈਰਾ ਨੂੰ ਲੈ ਕੇ ਕਹਿ ਲਓ ਕਿ ਸਰਕਾਰ ਜਿਹੜੀ ਆ ਉਹ ਇੱਕ ਵਾਰੀ ਨਿਕਲ ਗਈ ਆ ਉੱਥੋਂ, ਉਹ ਪਟੀਸ਼ਨ ਤਾਂ ਮੈਨੂੰ ਲੱਗਦਾ ਡਿਸਮਿਸ ਹੋ ਗਈ ਆ, ਮੈਂ ਇੱਕ ਗਰੁੱਪ ਦੇ ਵਿੱਚ ਦੇਖ ਰਿਹਾ ਸੀ ਜੀ, ਮਾਨਯੋਗ ਜਿਹੜੇ ਆਪਣੇ ਵਕੀਲ ਸਾਹਿਬ ਸੀਗੇ ਅਤੇ ਉਹ ਦੱਸ ਰਹੇ ਸੀਗੇ ਹਾਈਕੋਰਟ ਦੇ ਵਕੀਲ ਨੇ ਕਿ ਉਹ ਪਟੀਸ਼ਨ ਡਿਸਮਿਸ ਹੋ ਗਈ ਆ। ਜੀ 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 ਜੈਕਰ ਵਾਟਸੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਇਹ ਕਹਿ ਰਹੇ ਨੇ ਕਿ ਕੱਲ੍ਹ ਜ਼ੀਰਾ ਸਾਹਿਬ ਫਿਰੋਜ਼ਪੁਰ SSP ਦਫ਼ਤਰ ਬੈਠੇ ਸੀ ਅਤੇ ਆਪ ਦੇ MLA ਸਾਹਿਬ ਵੀ ਕਹਿੰਦੇ ਬੈਠੇ ਸੀਗੇ, ਅਤੇ ਦਈਆ ਜੀ MLA ਫਿਰੋਜ਼ਪੁਰ ਰੂਰਲ ਤੋਂ। ਇੱਧਰ ਰਣਜੀਤ ਜੀ ਕਹਿ ਰਹੇ ਕਿ 2027 ਦੇ ਵਿੱਚ ਕੁਲਵੀਰ ਜ਼ੀਰਾ ਸਾਡੇ ਜਨਾਲੇ ਆਏ ਸੀ, ਕਹਿੰਦੇ ਸਟੇਜ 'ਤੇ ਸਿੱਧਾ ਕਹਿੰਦਾ ਕਿ ਮਾਲਵੇ ਦਾ ਜੱਟ ਮਾਝੇ ਆ ਗਿਆ, ਸਾਰੇ ਅਕਾਲੀਆਂ ਨੇ ਕਾਗਜ਼ ਰੱਦ ਕਰਤੇ ਇਹਨਾਂ ਨੇ। ਦੇਖੋ ਨਹੀਂ ਮੈਂ ਤਾਂ ਕਹਿੰਦਾ ਕਿ ਯਾਰ ਇਹ ਪਿਰਤ ਟੁੱਟਣੀ ਚਾਹੀਦੀ ਆ ਜੀ, ਪਿੰਡਾਂ ਦੇ ਇਲੈਕਸ਼ਨ ਦੇ ਵਿੱਚ ਬਿਲਕੁਲ ਤੁਸੀਂ ਪੱਖਪਾਤ ਨਾ ਕਰੋ, ਦਖਲ ਨਾ ਦਿਓ। ਜਿੰਨੇ ਯਾਰ ਖੇਡ ਕੇ ਜਿੱਤਣਾ ਹਰਨਾ ਉਹ ਠੀਕ ਹੈ, ਇੱਕ ਨੇ ਜਿੱਤਣਾ ਹਰਨਾ ਜੀ ਜੀ, ਰੌਲਾ ਕਦੋਂ ਪੈਂਦਾ ਕਿ ਜਦੋਂ ਲੀਡਰਸ਼ਿਪ ਵਿੱਚ ਖੁਦ ਪੈਂਦੀ ਆ, ਜਿੱਥੇ ਸਹਿਮਤੀ ਬਣਦੀ ਆ ਸਹਿਮਤੀ ਬਣ ਦਿਓ,
ਰੌਲਾ ਤੇ ਇਹੀ ਹੈ ਨਾ ਕਿ ਸਾਡੇ ਸਰਪੰਚ ਵੱਧ ਬਣ ਜਾਣ, ਸਾਡੀਆਂ ਪੰਚਾਇਤਾਂ ਵੱਧ ਬਣ ਜਾਣ। ਬਿਲਕੁਲ ਜੀ ਬਿਲਕੁਲ। ਤਾਂ ਜਦੋਂ ਉਧਰੋਂ ਪਾਰਟੀਆਂ ਜ਼ੋਰ ਲਾਉਂਦੀਆਂ, ਦੂਜੀਆਂ ਧਿਰਾਂ ਜ਼ੋਰ ਲਾਉਂਦੀਆਂ, ਪਰ ਕੁੱਲ ਮਿਲਾ ਕੇ ਕਹਿ ਲਓ ਕਿ ਜਿਹੜੀ ਉਮੀਦ ਆਪਾਂ ਕਰਦੇ ਸਾਂ ਕਿ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ 'ਚ, ਕਿਉਂਕਿ ਮਾਨ ਸਾਹਿਬ ਇੱਧਰ ਬਹੁਤ ਸੁਹਿਰਦ ਨਜ਼ਰ ਆ ਰਹੇ ਸੀ, ਉਹਨਾਂ ਨੇ ਅਪੀਲ ਵੀ ਕੀਤੀ, ਸਭ ਕੁਛ ਕੀਤਾ, ਗਿਣ ਗਿਣਾ ਕੇ ਦੱਸਿਆ ਕਿ ਸ਼ਾਇਦ ਯਾਰ ਐਤਕੀ ਕੁਛ ਬਦਲਦਾ ਨਜ਼ਰ ਆਏਗਾ।